ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੁਣੇ ਕੰਮ ਤੋਂ ਆਇਆ ਸੀ ਤੇ ਮੈਂ ਆ ਕੇ ਇੱਕ ਨਿਊਜ਼ ਦੇਖੀ ਆ ਕਿ ਕੁੜੀ ਦੇ ਭਰਾਵਾਂ ਨੇ ਇੱਕ ਛੋਟੇ ਜਿਹੇ ਮੁੰਡੇ ਨੂੰ ਮਾਰ ਦਿੱਤਾ। ਗੱਲ ਹੋਈ ਸੀ ਏਦਾਂ ਕਿ ਕੁੜੀ ਨੇ ਉਸ ਮੁੰਡੇ ਨੂੰ ਘਰ ਮਿਲਣ ਲਈ ਬੁਲਾਇਆ ਸੀ ਤੇ ਮੁੰਡਾ ਚਲਾ ਗਿਆ ਹਨਾ, ਤੇ ਉੱਥੇ ਕੁੜੀ ਦੇ ਭਰਾਵਾਂ ਨੇ ਉਹਨੂੰ ਮਿਲ ਕੇ ਵੱਢ ਦਿੱਤਾ। ਸੋ ਮੈਂ ਕੁੜੀ ਦੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਆ, ਜੇ ਮੁੰਡੇ ਨੂੰ ਵੱਢਿਆ ਤੇ ਆਪਣੀ ਕੁੜੀ ਨੂੰ ਵੀ ਵੱਢਣਾ ਚਾਹੀਦਾ ਆ। ਕਿਉਂ? ਕਿਉਂਕਿ ਤਾੜੀ ਇੱਕ ਹੱਥ ਨਾਲ ਨੀ ਕਦੀ ਵੀ ਵੱਜਦੀ, ਆਪਣੇ ਔਲਾਦ ਦਾ ਕਦੇ ਨੀ ਕਸੂਰ ਕੱਢਦੇ। ਜੇ ਮੁੰਡਾ ਗਲਤ ਸੀ ਤੇ ਤੁਹਾਡੀ ਕੁੜੀ ਵੀ ਉਨੀ ਗਲਤ ਸੀ। ਬੇਚਾਰਾ ਚਾਰਾ ਭੈਣਾਂ ਦਾ ਇਕੱਲਾ ਇਕੱਲਾ ਭਰਾ, ਕਿਤੇ ਉੱਤੋਂ ਬਾਪ ਵੀ ਨੀ ਹੈਗਾ ਸੀ, ਮਾਂ ਦਾ ਇਕੱਲਾ ਇਕੱਲਾ ਪੁੱਤ ਤੁਸੀਂ ਮਾਰ ਦਿੱਤਾ। ਬੱਚਾ ਸੀ, ਜਵਾਕ ਸੀ, ਕੁੱਟ ਮਾਰ ਕੇ ਸਮਝਾ ਵੀ ਸਕਦੇ ਸੀ। ਮਾਰਨਾ ਕੋਈ ਮਸਲੇ ਦਾ ਹੱਲ ਨੀ ਹੁੰਦਾ। ਜੇ ਮਾਰਨਾ ਸੀ ਤੇ ਆਪਣੀ ਕੁੜੀ ਨੂੰ ਵੀ ਮਾਰੋ, ਉਹਨੇ ਹੀ ਮਿਲਣ ਲਈ ਬੁਲਾਇਆ ਸੀ। ਜੇ ਅੱਗ ਮੁੰਡੇ ਨੂੰ ਲੱਗੀ ਸੀ ਤਾਂ ਅੱਗ ਕੁੜੀ ਨੂੰ ਵੀ ਲੱਗੀ ਸੀ। ਇਕਵੈਲਿਟੀ 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 ਕਰਦੇ ਰਹਿੰਦੇ, ਹੁਣ ਘੰਟੇ ਦੀ ਇਕਵੈਲਿਟੀ ਹੁਣ ਕਿੱਥੇ ਗਈ ਇਕਵੈਲਿਟੀ? ਐਟ ਦੀ ਐਂਡ ਮੈਂ ਇਹੀ ਕਹੂੰਗਾ, ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ ਆ। ਜੇ ਮੁੰਡੇ ਦੀ ਗਲਤੀ ਸੀ ਤਾਂ ਕੁੜੀ ਦੀ ਵੀ ਉਨੀ ਗਲਤੀ ਸੀ। ਬਾਕੀ ਕੁੜੀ ਦੇ ਪਰਿਵਾਰ ਬਾਰੇ ਕਿਸੇ ਨੂੰ ਵੀ ਕੁਛ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ। ਧੰਨਵਾਦ।